ਪੁੱਲਰ ਸਾਹਿਬ ਦੇ ਮੁੱਦੇ ਦੀ ਗੱਲ ਕਰ ਰਹੇ, ਬਿਲਕੁਲ ਸਹੀ ਗੱਲ ਹੈ, ਗੁੱਡ ਕੁਐਸਚਨ, ਵੈਰੀ ਗੁੱਡ ਕੁਐਸਚਨ ਇਨ ਫੈਕਟ। ਸਰਦਾਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਕੇਸ ਦੇ ਉੱਤੇ ਪੰਜ ਵਫਦ ਸਾਡੇ ਅਲੱਗ ਅਲੱਗ ਸਮਿਆਂ ਦੇ ਉੱਤੇ ਪਿਛਲੇ 7 ਸਾਲ ਵਿੱਚ, 5-7 ਸਾਲ ਮੈਨੂੰ ਤਾਂ ਕਹਿ ਰਿਹਾ ਕਿ ਪਿਛਲੇ 5 ਸਾਲ ਸਰਕਾਰ ਦੇ, 10 ਸਾਲ ਪਿਛਲੇ 5 ਸਾਲ ਸਾਡੀ ਸਰਕਾਰ ਦੇ ਔਰ 5 ਸਾਲ ਜਿਹੜੇ ਹੁਣ ਗੁਜ਼ਰੇ ਨੇ ਇਹਦੇ ਡਿਊਰਿੰਗ, ਇਸ ਸਰਕਾਰ ਦੇ ਡਿਊਰਿੰਗ ਵੀ ਜਦੋਂ ਅਸੀਂ ਆਪੋਜੀਸ਼ਨ 'ਚ ਸੀਗੇ ਔਰ ਉਸ ਤੋਂ ਪਹਿਲਾਂ ਜਦੋਂ ਅਸੀਂ ਸਰਕਾਰ 'ਚ ਸੀਗੇ, 7 ਸਾਡੇ ਡਿਫਰੈਂਟ ਡੈਲੀਗੇਸ਼ਨ ਪ੍ਰੈਜ਼ੀਡੈਂਟਸ ਨੂੰ ਵੀ ਮਿਲੇ ਨੇ, ਪ੍ਰਾਈਮ ਮਿਨਿਸਟਰ ਸਾਹਿਬਾਨ ਨੂੰ ਵੀ ਮਿਲੇ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਅਗਵਾਈ ਵਿੱਚ ਵੀ ਮਿਲੇ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਅਗਵਾਈ ਵਿੱਚ ਵੀ ਮਿਲੇ ਨੇ, ਔਰ ਉਹ ਤੋਂ ਇਲਾਵਾ ਡੈਲੀਗੇਸ਼ਨ ਤੋਂ ਇਲਾਵਾ ਸਰਕਾਰ ਵੱਲੋਂ ਜਿਹੜਾ ਹੈਗਾ ਇਸ ਕੇਸ ਦੇ ਵਿੱਚ ਅਕਾਲੀ ਉਸ ਵੇਲੇ ਜਿਹੜੀ ਸਾਂਝੀ ਸਰਕਾਰ ਸੀ ਸਾਡੀ, ਉਸ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਨੂੰ ਰਿਕਮੈਂਡ ਕੀਤਾ ਗਿਆ ਸੀਗਾ ਕਿ ਬਤੌਰ ਪੰਜਾਬ ਸਰਕਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਨੂੰ ਰਿਹਾਅ ਕਰਤਾ ਜਾਏ। ਸੋ ਇਹ ਅੱਜ ਨਹੀਂ ਹੈ, ਅੱਜ ਤਾਂ ਹੁਣ ਤਾਂ ਹੋਇਆ ਕਿ ਇਹਨਾਂ ਨੇ ਆ ਕੇ ਆਪਣੇ ਕੇਜਰੀਵਾਲ ਸਾਹਿਬ ਨੇ ਝੂਠ ਬੋਲਣੇ ਸ਼ੁਰੂ ਕੀਤੇ ਅਤੇ ਉਹਦੇ ਜਵਾਬ ਸਾਨੂੰ ਸਾਰਾ ਕੁਝ ਕਰਨਾ ਪਿਆ ਕਿ ਇਹਨਾਂ ਦੀ ਆਪਣੀ ਜਿਹੜੀ ਬਣਾਈ ਹੋਈ ਕਮੇਟੀ ਹੈ ਜਿਹਦੀ ਕਿ ਜਿਹੜਾ ਚੇਅਰਮੈਨ ਇਹਨਾਂ ਦਾ ਆ, ਜਿਹੜੇ ਮੈਂਬਰ ਸੈਕਟਰੀ ਇਹਨਾਂ ਦਾ, ਜਿਹੜੇ 7 ਚੋਂ ਮੈਂਬਰ ਇਹਨਾਂ ਦੇ ਨੇ, ਉਹਦੇ ਬਾਰੇ ਝੂਠ ਬੋਲਦੇ ਰਹੇ ਨੇ ਕਿ ਸਾਡਾ ਤਾਂ ਮੁੱਦਾ ਹੀ ਨਹੀਂ ਹੈ, ਇਹ ਤਾਂ ਕੇਂਦਰ ਸਰਕਾਰ ਕੋਲੇ ਆ। ਨਹੀਂ ਹੁਣ ਇਹ ਤੋਂ ਵੱਡਾ ਝੂਠ ਕੀ ਹੋ ਸਕਦਾ ਕਿ ਤੁਹਾਡੀ ਸਰਕਾਰ ਦਾ ਫੈਸਲਾ ਹੋਵੇ ਔਰ ਤੁਸੀਂ ਕਹੋ ਸਾਡਾ ਫੈਸਲਾ ਹੀ ਨਹੀਂ ਹੈ ਇਹ, ਅੱਜ ਮੰਨਣਾ ਪੈ ਗਿਆ ਨਾ। ਹੁਣ ਜਦੋਂ ਉਹਨਾਂ ਨੇ ਇਹ ਕਿਹਾ ਕਿ ਮੈਂ ਕਮੇਟੀ ਨੂੰ ਫੇਰ ਕਹਾਂਗਾ, ਇਹਦਾ 2 ਗੱਲਾਂ ਮੰਨ ਗਏ, 1 ਕਿ ਕਮੇਟੀ ਹੈ, 2 ਕਿ ਤੁਸੀਂ ਉਹਨੂੰ ਕਹਿ ਸਕਦੇ ਆ, ਝੂਠ ਫੇਰ ਬੋਲ ਗਏ ਕਿ ਤੁਹਾਡੇ ਫੈਸਲੇ ਹੋ ਚੁੱਕੇ ਨੇ। ਹੁਣ ਤੁਹਾਨੂੰ ਬੇਨਤੀ ਇਹ ਹੈ, ਮੈਂ ਕੱਲ੍ਹ ਵੀ ਕੀਤੀ ਸੀ ਕਿ ਆਹ ਜਿਹੜਾ ਤੁਸੀਂ ਫੈਸਲਾ ਕੀਤਾ ਹੋਇਆ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ, ਇਹਨੂੰ ਤੁਰੰਤ ਰਿਵਿਊ ਕਰੋ ਔਰ ਉਹਨਾਂ ਨੂੰ 1 ਮਿੰਟ ਵੀ ਜੇ, ਔਰ ਅਸੀਂ ਕਿਸੇ ਨੂੰ ਪਰਸਿਊ ਕਰਾਂਗੇ ਕਿ ਜਿੰਨਾ ਟਾਈਮ ਤੁਸੀਂ ਉਹਨਾਂ ਨੂੰ ਲੋੜ ਤੋਂ ਜਿਹੜੇ ਉਹਨਾਂ ਦਾ ਸਮਾਂ ਬਣਦਾ ਸੀ, ਜੇਲ੍ਹ ਉਹਨਾਂ ਦੀ ਟਰਮ ਖਤਮ ਹੋ ਚੁੱਕੀ ਹੈ, ਉਹ ਤੋਂ ਬਾਅਦ ਤੁਸੀਂ ਉਹਨਾਂ ਨੂੰ ਜੇਲ੍ਹ 'ਚ ਰੱਖਿਆ, ਉਹਦੇ ਲਈ ਕੌਣ ਜ਼ਿੰਮੇਵਾਰ ਹੈ?